मिनी गोवा बीच के कंडे खड़ के चाह पींदा नजारा। इधर अपनी चाह बन रही है ते इधर बच्चे जेडे पढ़न बैठे हुए है ते आपां रोटी बना के अंदे इधर आपां सलाद भी अपना कट लिया, बाकी अपनी जेडी है सारी सब्जी आपां सांभदांगे। आपां हुण ले लेने तो सब्जी इत्थे कई स्टेट जेडी है एक दूजे नाल मिलदी है ने, इसे करके देखो मेरे फोन ते जेडे टाइम भी दो दो आ रहे। जिन्हें पे इन्हों की हजारां लखां साल उम्र होंदी है, ये एक दो दस दिन च नहीं बनते, एक दो साल च नहीं बनते। हेलो फ्रेंड्स, सत श्री अकाल, नमस्ते, आदाब, राम राम, जय माता दी, कैसे हो, सत स्वागत है तुहाडा सारिआं दा मेरे चैनल उपरोगर ते। ते अज आपां कर रहे हैं जी नवीं वीडियो शुरू, जिवें आपां कल वाले ब्लॉग नूं कंटिन्यू कर रहे हैं। इत्थे आपां मिनी गोवा च घूमण आए सीगे, जिवें आपां तुहानूं दस्सिआ, ते इह आ जी मच्छियां दा जाल जिहड़े गुड्डू देखदी पई सीगी, ते अणु ने शरारत दे नाल इहदे उपर वी पा दित्ता सीगा। दरिया दे नज़ारे लैंदी हुई अपनी राणी सुंदरां, ओह सामने मूँह दरिया नूं करके ठलती आपां कपड़े धोने साबन लगता है। ਇਹ ਪਤਾ ਨਹੀਂ ਕਿੱਡਾ ਕੁ ਪੱਥਰ ਹੋਊਗਾ ਜਿਹੜਾ ਪਾਣੀ ਨਾਲ ਕਸ ਕਸ ਕੇ ਹਨਾ ਇਦਾਂ ਦਾ ਬਣਿਆ। ਦੇਖੋ ਸ਼ਾਇਦ ਤੁਹਾਨੂੰ ਪਤਾ ਹੋਊਗਾ ਵੀ ਜਿਹੜੇ ਇਹ ਪੱਥਰ ਆ ਜਿੰਨੇ ਵੀ ਪਏ ਇਹਨਾਂ ਦੀ ਹਜ਼ਾਰਾਂ ਲੱਖਾਂ ਸਾਲ ਉਮਰ ਹੁੰਦੀ ਹੈ, ਇਹ ਇੱਕ ਦੋ ਦਸ ਦਿਨ 'ਚ ਨਹੀਂ ਬਣਦੇ ਇਹ, ਜਾਂ ਇੱਕ ਦੋ ਸਾਲ 'ਚ ਨਹੀਂ ਬਣਦੇ ਇਹ, ਇਹਨਾਂ ਦੀ ਹਜ਼ਾਰਾਂ ਸਾਲ ਉਮਰ ਆ। ਆਪਾਂ ਰਾਹ 'ਚ ਦੇਖਦੇ ਆਉਂਦੇ ਸੀਗੇ ਵੀ ਵੱਡੇ ਵੱਡੇ ਪਹਾੜ ਆ ਉਹ ਡਿੱਗ ਪੈਂਦੇ ਆ, ਉਹਨੇ ਗਾਂ ਤੁਰਦਾ ਇਹ ਘੁੰਮਦੇ ਰਹਿੰਦੇ ਨਾਲ ਨਾਲ ਖੁਰਦੇ ਰਹਿੰਦੇ ਆ, ਜਿਹੜੀ ਖੋਰ ਹੁੰਦੀ ਆ ਉਹਦੀ ਰੇਤ ਬਣ ਜਾਂਦੀ ਆ ਜਿਹੜੀ ਆਪਾਂ ਘਰਾਂ 'ਚ ਵਰਤਦੇ ਆ। ਜਿਹੜੇ ਪੱਥਰ ਤੇ ਅਣੂ ਖੜਾ ਨਾ ਉਹ ਦੇਖੋ ਟੁੱਟਦਾ ਪਿਆ ਨਾ, ਨਾਲ ਨਾਲ ਕ੍ਰੈਕ ਹੁੰਦਾ ਪਿਆ ਨਾ, ਇਹਦੇ ਕਹਿੰਦੇ ਪੱਥਰ ਨਹੀਂ ਟੁੱਟਦਾ ਉਹ ਦੇਖੋ। ਨਹੀਂ ਇਹੋ ਨਹੀਂ ਨਾ, ਇਹੋ ਨਹੀਂ, ਇਹਨੇ ਏਡਾ ਹੀ ਰਹਿਣਾ ਚਾਹੇ 10 ਸਾਲ ਪਿਆ ਰਹੇ। ਦੇਖੋ ਟੁੱਟਦਾ ਵੀ ਇਹ ਨਾਲ ਉਹ ਘਸਦਾ ਘਸਦਾ ਛੋਟਾ ਹੋਊਗਾ ਨਾ ਉਹ ਉੱਪਰਲੀ ਸਾਈਡ ਤੋਂ। ਉੱਪਰਲੇ ਪੱਥਰ ਇੱਥੇ ਵੱਜਦੇ ਫਿਰ ਟੁੱਟਦੇ ਰਹਿੰਦੇ ਨੇ। ਆਲੇ ਗੱਲ ਪਤਾ ਹੋਊਗਾ ਵੈਸੇ ਇਹਨਾਂ ਦੀ ਓਵਰ ਵੀ ਵੱਖਰੀ ਟਾਈਪ ਹੁੰਦੀ ਆ, ਜਿਹੜਾ ਜਦੋਂ ਧਰਤੀ ਦੇ ਉੱਤੇ ਜਵਾਲਾਮੁਖੀ ਫਟੇ ਸੀਗੇ ਇਹੋ ਜੀ ਇਦਾਂ ਦੇ ਤਰ੍ਹਾਂ ਤਰ੍ਹਾਂ ਦੇ ਪੱਥਰ ਬਹੁਤ ਬਣੇ ਸੀਗੇ ਅੱਗ ਦੇ ਨਾਲ ਲਾਵਾ ਦੇ ਨਾਲ। ਜਦੋਂ ਧਰਤੀ ਦੀ ਅੰਦਰਲੀ ਜਿਹੜੀ ਸਤਾ ਜੋ ਠੰਡੀ ਹੁੰਦੀ ਤੇ ਲਾਵਾ ਗਰਮ ਹੁੰਦਾ ਦੋਨਾਂ ਦਾ ਜਿਹੜਾ ਮਿਕਸਚਰ ਬਣ ਕੇ ਫਿਰ ਇੱਕ ਪੱਥਰ ਬਣਦਾ ਉਹਨੂੰ ਮੈਗਾਲਾਈਟ ਪੱਥਰ ਕਹਿੰਦੇ ਆ। ਹਾਂ ਸਾਇੰਸ ਇਹ ਕਹਿੰਦੀ ਆ ਤੇ ਪਰ ਹਰ ਇੱਕ ਦੀ ਆਪੋ ਆਪਣੀ ਥਿਊਰੀ ਆ। ਹਾਂ ਨਹੀਂ ਦੇਖੋ ਪੰਜਾਬੀ ਆਪਣੇ ਰੰਗ ਵਿਖਾਤੇ ਨਹੀਂ ਆ ਗਏ, ਜੁੱਤੀ ਜੁੱਤੀ ਹੋ ਚੁੱਕੇ ਨੇ ਦੋਵੇਂ ਭੈਣ ਭਰਾ, ਉਹਨੇ ਗੁੱਡੂ ਨੂੰ ਕੁੱਟਿਆ ਤੇ ਦੇਖੋ ਰੋ ਰਹੀ ਹੈ। ਚਲ ਉਹਨੂੰ ਫੜ ਕੇ ਲੈ ਗਿਆ ਫੜ ਕੇ ਫੜ 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 ਛੇਤੀ ਲੈ ਕੇ ਫੜ ਕੇ ਗੁੱਡੂ ਇੱਥੇ ਬੈਠੀ ਸੀ, ਵੱਡਾ ਪੱਥਰ ਇਹਦਾ ਨਾ ਡਿੱਗ ਪਿਆ ਉਹਦੇ ਪੈਰ ਦੇ ਉੱਤੇ ਜਾ ਕੇ ਵੱਜਿਆ, ਉਹਨੇ ਉਹਨੂੰ ਮਾਰਿਆ ਤੇ ਗੁੱਡੂ ਦਰਿਆ ਦੇ ਕੰਢੇ ਦੇ ਵਿੱਚ ਲਿਖੀ ਸੀਗੀ ਇਹ ਤੇ ਵੱਜ ਗਈ। ਨਹੀਂ ਦਰਿਆ ਦੇ ਕੰਢੇ ਦੇ ਵੱਡੀ ਚਾਰੀ ਰੋ ਰਹੀ ਆ। ਅਣੂ ਹੁਣ ਚੱਲਿਆ ਉਹਨੂੰ ਚੁੱਪ ਕਰਾਉਣ, ਪਹਿਲਾਂ ਤਾਂ ਮੰਨਦਾ ਨਹੀਂ ਹੁਣ ਮਨ ਮਨਾਇਆ ਮੈਂ ਇਹਨੂੰ ਪੁੱਤ ਪੈਣਾ ਠਾਇਆ ਨੂੰ ਕਰੰਟ ਮਾਰ ਦੇ ਤਾਂ ਕਰਦੇ ਪਰਾਂ ਨੂੰ ਫਿਰ ਗਲਤੀ ਤੇਰੀ ਸੀਗੀ ਤਾਂ ਵੀ ਤੂੰ ਕਰੰਟ ਜੇ ਮਾਰੀ ਜਾਂਦੀ ਜੇ ਨਹੀਂ ਉਹਰਾ ਮਨ ਤੂੰ ਗਾਂ ਤੱਕ ਲਾ ਦੇਗਾ ਲੰਘ ਜੂ ਪਰਲੇ ਬਣੇ ਜੰਮੂ ਕਸ਼ਮੀਰ ਚ ਇਹ ਵੀ ਆ ਫਿਰ ਪੱਥਰ ਨੂੰ ਗੋਲ ਹੋ ਜਾ ਜਾ ਕੇ ਪੱਥਰ ਟੁੱਟਦਾ ਨਹੀਂ ਨਹੀਂ ਤੇ ਗੋਲੋ ਕਹਿੰਦੇ ਮਛਲੀਆਂ ਵੱਡੀਆਂ ਵੱਡੀਆਂ ਮਗਰਮੱਛ ਆਏ ਚ ਤੇ ਮਿੰਟ ਲਾਉਂਦੇ ਕਹਿੰਦੇ ਸਾਬਤਾ ਬੰਦਾ ਲਗਾ ਲੈਂਦੇ ਆ ਪੱਥਰ ਟੁੱਟਦੇ ਨਹੀਂ ਆ ਹਨਾ ਤੇ ਆ ਦੇਖ ਲਓ ਪੱਥਰ ਹੀ ਟੁੱਟਦਾ ਪਿਆ ਪਤਾ ਨਹੀਂ ਕਦੋਂ ਦਾ ਵਿੱਚ ਕਿੱਥੇ ਕਿੰਨਾ ਵਾ ਗਿੱਲਾ ਵਾ ਤੇ ਦੇਖ ਐ ਮਾਰੀ ਜਾ ਤੇ ਆ ਦੇਖੋ ਇਹਨੂੰ ਵੀ ਆ ਦੇਖੋ ਇਹ ਮਿੱਟੀ ਬਣ ਗਿਆ ਦੇਖਿਓ ਪੱਥਰ ਮਿੱਟੀ ਹਾਂ ਆ ਦੇਖੋ ਇਧਰ ਵੀ ਟੇੜਾ ਹੀ ਵੀ ਪੱਥਰ ਪਤਾ ਨਹੀਂ ਆ ਲੈ ਹੋ ਨਾਲ ਹੀ ਟੁੱਟ ਕੇ ਰੱਖ ਦਿਆ ਸਾਰੀ ਸਾਰੇ ਤੇੜ ਆਏ ਹੋਏ ਪੱਥਰ ਨੂੰ ਹਨਾ ਪਤਾ ਨਹੀਂ ਕਦੋਂ ਦੇ ਵਿਚਾਰੇ ਪਏ ਹੋਣਗੇ ਇੱਥੇ ਟੁੱਟੇ ਪਏ ਨੇ ਸਾਰੇ ਜਿਵੇਂ ਆਪਾਂ ਬੋਰ ਕਰਦੇ ਆ ਉਹ ਕੋਲਣਾ ਖਰਪਾ ਸਾਲ ਪੁਰਾਣੇ ਆ ਦੇਖੋ ਧਰਤੀ ਨਿਕਲਦੇ ਆ ਨਾ ਜੇ ਬੋਰ ਕਰ ਲਾਂਗੇ ਥਲੇ ਨਿਕਲਦੇ ਆ ਇਹ ਆਪਾਂ ਨੂੰ ਪਤਾ ਨਹੀਂ ਲੱਗਦਾ ਜਿਵੇਂ ਦੇਖੋ ਪਾਣੀ ਦੀ ਛੱਲ ਵੱਜਦੀ ਆ ਮਾੜੀ ਮਾੜੀ ਛੱਲ ਵੱਜੀ ਜਾਂਦੀ ਮਾੜਾ ਮਾੜਾ ਉਹ ਕੱਸੀ ਜਾਂਦਾ ਕੱਸੀ ਜਾਂਦਾ ਨਹੀਂ ਵੈਸੇ ਮੈਂ ਸੁਣਿਆ ਪੱਥਰ ਵੱਧਦੇ ਵੀ ਆ ਪਾਣੀ ਵਿੱਚ ਪਏ ਨਹੀਂ ਜਿਆਦਾਤਰ ਚਾਹੇ ਕਿੱਡਾ ਵੀ ਮਜ਼ਬੂਤ ਪੱਥਰ ਹੋਵੇ
ਉਹ ਪਾਣੀ ਨੇ ਉਹਨੂੰ ਕੱਟ ਕੇ ਧਾਰ ਬਣਾ ਹੀ ਲੈਣੀ ਹੁੰਦੀ ਉਹਦੇ ਵਿੱਚ ਹੁਣ ਇੱਕ ਮੈਚ ਲੱਗਾ ਵਾ ਜੇ ਇਹ ਪੱਥਰ ਜਾਂ ਕੋਈ ਕੋਈ ਵੀ ਪੱਥਰ ਦੇ ਦੋ ਟੱਪੇ ਜਾਂ ਤਿੰਨ ਟੱਪੇ ਪੈ ਗਏ ਨਾ ਪਾਣੀ ਦੇ ਵਿੱਚ ਤੇ ਇਹ ਮੇਰੇ ਮੁੱਕੀ ਮਾਰ ਸਕਦੀ ਆ ਮੈਂ ਇਹਨੂੰ ਕੁਝ ਨਹੀਂ ਕਹੂੰਗਾ ਸੁਲਹ ਹੋਈ ਆ ਕਿ ਸ਼ਰਤ ਲੱਗੀ ਇਹ ਸ਼ਰਤ ਲੱਗੀ ਆ ਚੱਲ ਪਹਿਲਾਂ ਮੈਂ थोड़ी देर मस्ती करने तो बाद हुण आपां गोवा के अगले शहर चले हैं ओ सामने उत्थे एक ही खंजूरा सुकी जी वेखदे हां जाए की माहौल चल उत्थे जोज कर रही ने देखो पीछे मटियारा पर आपां नहीं पर मैं दस्सां मेरे तो सिर नूं ठंडी बहुत लगती है काफी जगह इस तरह करके देखो पत्थर पे हुए है ये पता नहीं तो उदा कट्ठे करके रखे है जिवे एक मुड़ जा दिखता थोड़ा बना देना देखो खजूर अगे लाई हो ये जी आप दूरों गल कर रहे खजूर की ये टेढ़ी हुई पी है डिगन के हालात ये बने पे बेचारी के ता ही थोड़े जे वाल है सिर के उत्ते खजूर भी लगियां फल तो पिया वा उत्ते सामने जिहड़ियां झुगियां बनिया टेंट लगे हुए है ये मछेरियां दियां ये टाइम इन्हां दा कुछ जदों किश्तियां चलदियां उदों तो फड़दे नहीं जदों इन्हां दा अपना टाइम होता मछियां फड़न का फिर ये मछियां फड़दे आ ये सुक्की जगह के उत्ते जो किश्ती खड़ी आ इन्हें मैडम जी चलाउण दी कोशिश कर रहे आ ते चलाओ जी गोवा का नज़ारा लैके तो हूँ पीने आप चाह आप किश्ती भी झूठे लै रहे थे उदो आप दसिया उस तरह फिर दसते हैं और सामने पंजाब आप खड़े हैं हूँ जम्मू कश्मीर के इधरले बने हिमाचल जट्टा मेरे नैण वे बूटे फीमा दे गोवा बीच के कंडे खड़ के चाह पींदा नज़ारा इधर अपनी चाह बन रही है तो हवा तो बहुत ज़्यादा चल रही है आप वैसे दरवाजे परले पासे ला ले आ भी हवा ना आए पर फिर भी हवा पै रही है तो हवा के रोके वास्ते इधर गुड्डू नाल खड़ा कर लिया तो इधर बन रहा अपना दुध टाइम लगभग है 4 बजे का ਇਥੇ ਕਈ ਸਟੇਟ ਜਿਹੜੀਆਂ ਇੱਕ ਦੂਜੇ ਨਾਲ ਮਿਲਦੀਆਂ ਨੇ ਇਸੇ ਕਰਕੇ ਦੇਖੋ ਮੇਰੇ ਫੋਨ ਤੇ ਜਿਹੜੇ ਟਾਈਮ ਵੀ ਦੋ ਆ ਰਹੇ ਨੇ ਕੋਲਕਾਤਾ ਦਾ ਆ ਰਿਹਾ ਤੇ ਇੱਕ ਲੋਕਲ ਟਾਈਮ ਜਿਹੜਾ ਇੱਥੋਂ ਦਾ ਉਹ ਆ ਰਿਹਾ ਕਾਫੀ ਫਰਕ ਆ ਨਾ ਲਗਭਗ ਅੱਧੇ ਪੌਣੇ ਘੰਟੇ ਦਾ ਇਹਦਾ ਅਰਨਾਚਲ ਪ੍ਰਦੇਸ਼ ਤੇ ਗੁਜਰਾਤ ਦੇ ਵਿੱਚ ਵੀ ਬਹੁਤ ਫਰਕ ਵਾ 2 ਘੰਟੇ ਦਾ ਫਰਕ ਆ 2 ਘੰਟੇ ਦਾ ਆਪਾਂ ਨੂੰ ਇੱਥੇ ਰਹਿਣਾ ਕੰਫਰਟੇਬਲ ਨਹੀਂ ਲੱਗਿਆ ਤੇ ਫਿਰ ਜਿੱਥੇ ਆਪਾਂ ਬੋਟਿੰਗ ਕਰੀ ਸੀਗੀ ਉੱਥੇ ਜਾ ਕੇ ਰਹਿੰਨੇ ਆ ਜਿੱਥੇ ਪੰਜਾਬ ਪੁਲਿਸ ਦਾ ਨਾਕਾ ਸੀ ਸਾਨੂੰ ਉਹ ਭਾਈ ਸਾਹਿਬ ਕਹਿੰਦੇ ਸਾਡੇ ਕੋਲ ਇੱਥੇ ਆ ਜਾਓ ਇੱਥੇ ਸਿਕਿਉਰਿਟੀ ਮੈਂ ਕਿਹਾ ਸਿਕਿਉਰਿਟੀ ਦਾ ਕੋਈ ਗੱਲ ਨਹੀਂ ਹੈਗੀ ਜੀ ਇਹੋ ਜੀ ਨਹੀਂ ਨਹੀਂ ਜ਼ਰੂਰ
जम्मू कश्मीर दे बिसोली पिंड दे विच आपां अज रुकांगे। उत्थे अपने मित्र रहिंदे आ ते पर रोटी पानी आपां आपदा ही बनावांगे। आपां हुण लै लैणी इत्थों सब्जी। लंघदे पए सी सब्जियां काफ़ी देखियां इहदे कोल ते सोचिया भी कोई सब्जी लैणे आ। मटर है? हाँ जी ठीक है, मटर दे दो अद्धा किलो। पालक? एक कुछ ही पालक दे दो। टमाटर भी दे दो। हाँ जी हुण आपां रुके आ भाजी के घरे ते इत्थे आपां इन्हां नूं पहलां पुछिया पानी दा पुछिया फिर आपां नूं लगा जगह वधिया ते इन्हां दे घर आपां रुके आ। इधर बन रही है जी अपनी रोटी, सब्जी अपनी बन गई है, दुध नूं आपां बाला दवा के रख लिया ते इधर आपां सलाद भी अपना कट लिया। बाकी अपनी जिहड़ी सारी सब्जी आपां सांभ दांगे। इधर बच्चे जिहड़े पढ़न बैठे हुए आ ते आपां रोटी बना के अंदर लै जांगे। ते इत्थे आपां जिधर भाजी दे घरे रुके सीगे ते ओह कहिंदे सीगे भी तुसीं साडे कोलों रोटी खाओ चाहे असीं चाह बना के लईए। नहीं आपे असीं रोटी बना लैणी है, सानूं सिर्फ जिवें तुहानूं दस्सिया लाइट और पानी की जरूरत हुंदी है ओह आपां नूं मिल चुका है। तो हुण आपां रोटी बना के अंदर जाके खाने हैं। तो इस व्लॉग का आपां इत्थे एंड करते हैं। कल नूं उठ के नवी गुड मॉर्निंग दे नाल नवी वीडियो दे नाल तुहानूं मिलांगे। तो ये वीडियो का इत्थे आपां एंड करांगे। जे वीडियो चंगी लगे तो लाइक शेयर जरूर कर दिया करो। जिहड़े मेरे चैनल ते नवे आए ने उन्हां नूं रिक्वेस्ट आ जी मेरे चैनल रूप ब्लॉगर नूं सबसक्राइब जरूर कर लैन, बैल बटन दबाउणा ना भुल्लन ताकि नैक्सट वीडियो नोटिफिकेशन उन्हां नूं मिलदी रहे। हुण इस वीडियो का आपां इत्थे एंड करते हैं, मिलते हैं एक नवी वीडियो दे विच। तद तक लिए बाय।